ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੂੰ ਦੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। 3 ਜੂਨ ਸੋਮਵਤੀ ਅਮਾਵਸਿਆ 'ਤੇ ਜੇ ਤੁਸੀਂ ਇਹ ਉਪਾਏ ਕਰੋਗੇ ਤਾਂ ਨਿਸ਼ਚਿਤ ਰੂਪ 'ਚ ਤੁਹਾਡੀ ਲਾਈਫ ਚੇਂਜ ਹੋਏਗੀ। ਪਹਿਲੀ ਗੱਲ, ਜਿਹੜੇ ਲੋਕ ਚਾਹੁੰਦੇ ਆ ਕਿ ਉਹਨਾਂ ਦਾ ਟ੍ਰਾਂਸਫਰ ਨਹੀਂ ਹੋ ਪਾ ਰਿਹਾ, ਸੋ ਇਸ ਦਿਨ ਤੋਂ ਸ਼ੁਰੂ ਕਰਨ, ਜਿਹੜੇ ਮਨ ਚਾਹੀ ਜਗ੍ਹਾ 'ਤੇ ਜਾਣਾ ਚਾਹੁੰਦੇ ਆ, ਸਵੇਰੇ ਸਵੇਰੇ ਨਹਾ ਧੋ ਕੇ ਤੁਸੀਂ 11 ਲਾਲ ਮਿਰਚਾਂ ਲੈ ਕੇ ਸੂਰਜ ਦੇ ਪਾਸੇ ਤੁਸੀਂ ਅਰਪਿਤ ਕਰ ਸਕਦੇ ਹੋ ਅਤੇ ਤਬਾਦਲੇ ਦੇ ਲਈ ਪ੍ਰਾਰਥਨਾ ਕਰ ਸਕਦੇ ਹੋ। ਬਹੁਤ ਜਲਦੀ ਤਬਾਦਲਾ ਹੋਣ ਦੇ ਚਾਂਸਿਸ ਬਣ ਜਾਣਗੇ। ਫਿਰ ਬਹੁਤ ਸਾਰੇ ਲੋਕ ਜਿਹੜੇ ਚਾਹੁੰਦੇ ਆ ਕਿ ਉਹਨਾਂ ਦੇ ਇੰਪਲਾਈਜ਼ ਉਹਨਾਂ ਨੂੰ ਛੱਡ ਕੇ ਨਾ ਜਾਣ, ਉਹਨਾਂ ਕੋਲ ਕੰਮ ਕਰਦੇ ਹੀ ਰਹਿਣ। ਸੋ ਬੜੇ ਇੱਦਾਂ ਦੇ ਬਿਜ਼ਨਸ ਪ੍ਰੀਮਿਸਿਸ ਹੁੰਦੇ ਆ ਜਿੱਥੇ ਕਹਿੰਦੇ ਆ ਕਿ ਥੋੜ੍ਹੇ ਦਿਨਾਂ ਬਾਅਦ ਹੀ ਲੋਕ ਅਸਤੀਫਾ ਦੇ ਦਿੰਦੇ ਆ, ਛੱਡ ਕੇ ਚਲੇ ਜਾਂਦੇ ਆ, ਅਤੇ ਇਸ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਸੋ ਅਮਾਵਸ ਵਾਲੇ ਦਿਨ ਤੁਸੀਂ ਜਿਹੜਾ ਹੈਗਾ ਕਿਤੋਂ ਵੀ ਆਉਂਦੇ ਹੋਏ ਰਸਤੇ ਦੇ ਵਿੱਚੋਂ ਇੱਕ ਕਿੱਲ ਲੈ ਲਓ ਅਤੇ ਇੰਪਲਾਈਜ਼ ਦੇ ਪ੍ਰੀਮਿਸਿਸ ਕੋਲ ਆ ਕੇ ਉਹਨੂੰ ਕਿੱਲ ਨੂੰ ਗੰਗਾ ਜਲ ਦੇ ਨਾਲ ਤੁਸੀਂ ਧੋ ਲਓ ਅਤੇ ਉਸ ਤੋਂ ਬਾਅਦ ਕਰਮ ਸਥਾਨ ਜਿਹੜਾ ਹੈਗਾ ਜਿੱਥੇ ਉਹ ਕੰਮ ਕਰਦੇ ਆ ਉੱਥੇ ਠੋਕ ਦਿਉ ਅਤੇ ਉਹ ਟਿੱਕੇ ਰਹਿਣਗੇ। ਸਾਡੀ ਵਿਸ਼ੇਸ਼ ਸਿੱਧ ਕੀਤੀ ਹੋਈ ਧੂਣੀ ਵੀ ਤੁਸੀਂ ਸਵੇਰੇ ਸ਼ਾਮ ਦੇ ਕੇ ਗਾਇਤਰੀ ਮੰਤਰ ਚਲਾਓਗੇ ਤਾਂ ਬੜਾ ਰਿਜ਼ਲਟ ਮਿਲੇਗਾ। ਫਿਰ ਧਨ ਆਦਿ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਉਪਾਅ ਦੱਸਣ ਜਾ ਰਿਹਾ ਕਿ ਤੁਸੀਂ ਅਮਾਵਸ ਵਾਲੇ ਦਿਨ ਹੀ ਸੋਮਾਵਤੀ ਅਮਾਵਸਿਆ ਯਾਨੀ ਕਿ 3 ਜੂਨ ਨੂੰ ਸ਼ੰਖ ਪੁਸ਼ਪੀ ਦੀ ਜੜ੍ਹ ਨੂੰ ਤੁਸੀਂ ਲਿਆ ਕੇ ਚਾਂਦੀ ਦੀ ਡੱਬੀ ਦੇ ਵਿੱਚ ਰੱਖ ਕੇ ਤਿਜੋਰੀ ਦੇ ਵਿੱਚ ਰੱਖੋਗੇ ਤਾਂ ਧਨ 'ਚ ਵਾਧਾ ਹੋਵੇਗਾ। ਸੋ ਫਿਰ ਤੁਸੀਂ ਇਸ ਤੋਂ ਇਲਾਵਾ ਮਾਂ ਦੇ ਦਾਲ ਦੇ ਦਾਣੇ ਲਓ ਅਤੇ ਉਹਦੇ ਉੱਤੇ ਥੋੜ੍ਹਾ ਜਿਹਾ ਦਹੀਂ ਅਤੇ ਸੰਦੂਰ ਲਗਾ ਕੇ ਪਿੱਪਲ ਦੇ ਪੇੜ ਦੇ ਨੀਚੇ ਰੱਖਿਆ ਹੋ ਅਤੇ ਬਿਨਾਂ ਮੁੜੇ ਵਾਪਸ ਤੁਸੀਂ ਆ ਜਾਓ। ਸੋ ਇਹ ਤੁਸੀਂ ਜਦੋਂ ਕਰਦੇ ਰਹੋਗੇ 4 ਮੱਸਿਆ ਅਤੇ ਉਹਦੇ ਨਾਲ ਤੁਹਾਡੇ ਕੋਲ ਜਿਹੜੇ ਤੁਹਾਡਾ ਕੰਮ ਫਲੋਰਿਸ਼ ਹੋਏਗਾ ਅਤੇ ਅੱਛੇ ਰਿਜ਼ਲਟਸ ਮਿਲਣਗੇ। ਸੋ ਇੱਦਾਂ ਹੀ ਤੁਸੀਂ ਜਿਹੜਾ ਫਿਰ ਅਮਾਵਸ ਵਾਲੇ ਦਿਨ ਕੇਸਰ ਅਤੇ ਪੀਲੇ ਚੰਦਨ ਦਾ ਤਿਲਕ ਲਗਾਓਗੇ ਅਤੇ ਉਸ ਤੋਂ ਸ਼ੁਰੂ ਕਰ ਦੋਗੇ ਅਤੇ ਵਧੀਆ ਰਹੇਗਾ। ਫਿਰ ਤੁਸੀਂ ਜਿਹੜਾ ਹੈ ਗੰਗਾ ਜਲ ਲੈ ਕੇ ਉਹਦੇ ਉੱਤੇ 21 ਵਾਰੀ ਗਾਇਤਰੀ ਮੰਤਰ ਓਮ ਬੁਰ ਭਵਾ ਸਵਾ ਤਸਵੀ ਤੁਰਵਾਰੀ ਦੇ ਵਰਕੋ ਦੇਵਸਿਆ ਦੀਵੇ ਦਿਓ ਯੋਨਾ ਪਚੋ ਦੇ ਆਪ ਦਾ ਪਾਠ ਕਰੋਗੇ ਅਤੇ ਉਹਨੂੰ ਅਭਿਮੰਤ੍ਰਿਤ ਕਰਕੇ ਆਪਣੇ ਵਪਾਰ ਸਥਲ 'ਤੇ ਚਾਰੋਂ ਪਾਸੇ ਛਿੜਕ ਦੋਗੇ ਤਾਂ ਤੁਹਾਡਾ ਕਾਰੋਬਾਰ ਜਿਹੜਾ ਬਹੁਤ ਵਧੀਆ ਹੋਣ ਲੱਗ ਜਾਏਗਾ। ਤੁਸੀਂ ਇਹ 4 ਅਮਾਵਸ ਤੱਕ ਕਰਨਾ ਹੈ। ਬਹੁਤ ਸਾਰੇ ਬੱਚਿਆਂ ਨੂੰ ਬੁਖਾਰ ਲਗਾਤਾਰ ਚੜ੍ਹਦਾ ਰਹਿੰਦਾ ਅਤੇ ਉਹਨਾਂ ਨੂੰ ਜਿਹੜਾ ਹੈ ਬੁਖਾਰ ਤੋਂ ਛੁਟਕਾਰਾ ਹੀ ਨਹੀਂ ਮਿਲਦਾ। ਸੋ ਐਸੀ ਹਾਲਤ ਦੇ ਵਿੱਚ ਤੁਸੀਂ ਅਮਾਵਸ ਵਾਲੇ ਦਿਨ ਟੋਟਕਾ ਕਰ ਸਕਦੇ ਹੋ ਕਿ ਕਿਸੇ ਵੀ ਥਾਂ 'ਤੇ ਜਿੱਥੇ ਤੁਸੀਂ ਦੇਖਦੇ ਹੋ ਕੁੱਤੇ ਨੇ ਯੂਰਿਨ ਕੀਤਾ ਹੋਵੇ, ਉਸ ਥਾਂ ਦੀ ਗਿੱਲੀ ਮਿੱਟੀ ਲੈ ਕੇ ਉਹਦੀਆਂ ਗੋਲੀਆਂ ਬਣਾਓ ਅਤੇ ਗੋਲੀਆਂ ਬਣਾ ਕੇ ਉਹਨੂੰ ਸੁਕਾ ਲਓ। ਸੋ ਉਹਨੂੰ ਸੁਕਾ ਕੇ ਤੁਸੀਂ ਵਸਤਰ ਦੇ ਵਿੱਚ ਬੰਨ੍ਹ ਕੇ ਰੋਗੀ ਦੇ ਗਲੇ ਦੇ ਵਿੱਚ ਲਟਕਾ ਦਿਉ। ਹਾਲਾਂਕਿ ਬੜਾ ਹੀ ਔਖਾ ਜਿਹਾ ਉਪਾਅ ਹੈਗਾ, ਲੇਕਿਨ ਇਹ ਸਿੱਧਾ ਸਿੱਧਾ ਰਾਹੂ ਦੇ ਨਾਲ ਰਿਲੇਟਡ ਹੈ। ਰਾਹੂ ਮੀਨਸ ਡੋਗ ਅਤੇ ਯੂਰਿਨ ਮੀਨਸ ਉਹ ਵੀ ਰਾਹੂ ਨਾਲ ਹੀ ਇਫੈਕਟ ਹੁੰਦਾ ਹੈ। ਸੋ ਰੋਗੀ ਦਾ ਬੁਖਾਰ ਜਿਹੜਾ ਤੁਰੰਤ ਸ਼ਾਂਤ ਹੋਣ ਦੇ ਚਾਂਸ ਬਣ ਜਾਂਦੇ ਨੇ। ਸੋ ਸੰਤਾਨ ਦੇ ਸੁੱਖ ਦੇ ਲਈ ਇੱਕ ਉਪਾਅ ਦੱਸਣ ਜਾ ਰਹੇ ਹਾਂ ਕਿ ਤੁਸੀਂ ਅਮਾਵਸ ਵਾਲੇ ਦਿਨ ਹੀ ਅੰਬ ਦੀ ਜੜ੍ਹ ਨੂੰ ਲੈ ਕੇ ਦੁੱਧ ਦੇ ਵਿੱਚ ਘਸਾ ਕੇ ਇੱਕ ਬਾਂਝ ਇਸਤਰੀ ਨੂੰ ਪਿਲਾਉਂਦੇ ਹੋ ਤਾਂ ਸੰਤਾਨ ਹੋਣ ਦੇ ਚਾਂਸਿਸ ਬਣਦੇ ਆ। ਨਾਲ ਹੀ ਨਾਲ ਉਹਦਾ ਮੈਡੀਕਲ 'ਚ ਵੀ ਉਹ ਠੀਕ ਹੋਣੀ ਚਾਹੀਦੀ ਹੈ। ਲੇਕਿਨ ਫਿਰ ਜਦੋਂ ਵੀ ਉਹਦੇ ਕੋਈ ਸੰਤਾਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਚਾਹੀਦਾ ਕਿ ਜਲੇਬੀਆਂ ਅਤੇ ਖੀਰ ਦਾ ਪ੍ਰਸ਼ਾਦ ਜਿਹੜਾ ਵੰਡਣ, ਉਹਦੇ ਨਾਲ ਬਹੁਤ ਵਧੀਆ ਰਿਜ਼ਲਟਸ ਮਿਲ ਸਕਦੇ ਆ। ਸੋ ਪਿਆਰੇ ਦਰਸ਼ਕੋ, ਕਿੱਦਾਂ ਲੱਗਿਆ ਸਾਡਾ ਅੱਜ ਦਾ ਐਪੀਸੋਡ? ਜੇ ਵਧੀਆ ਲੱਗਿਆ ਤਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੀਓ ਅਤੇ ਸਾਡੇ ਯੂਟਿਊਬ ਚੈਨਲਸ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਅਤੇ ਨਾਲ ਨਾਲ ਸਾਡਾ ਵਾਇਸ ਆਫ ਏਸ਼ੀਅਨਸ, ਉਹਨਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੇਮ ਨਾਮ 'ਤੇ ਸਾਡੇ ਫੇਸਬੁੱਕ ਪੇਜਿਸ ਆ, ਉਹਨਾਂ ਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਅਤੇ ਇੰਸਟਾਗ੍ਰਾਮ 'ਤੇ ਟਿਕਟੋਕ 'ਤੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਅਤੇ ਵਟਸਐਪ 'ਤੇ ਐਡ ਹੋਣ ਦੇ ਲਈ ਸਾਡੇ ਨੰਬਰ 'ਤੇ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ। ਜਦੋਂ ਵੀ ਸਾਡੇ ਕੋਲ ਆਓ, ਸਾਡੇ ਕੋਲ ਇੱਕ ਵਿਸ਼ੇਸ਼ ਪਾਵਰਫੁੱਲ ਨਵ ਗ੍ਰਹਿ ਦਿਵਿਆ ਬਨਸਪਤੀ ਦਲ ਅਤੇ ਸਾਡੀ ਇੱਕ ਵਿਸ਼ੇਸ਼ ਅਗਰਬੱਤੀਆਂ ਭਾਗੇ ਉਦੇ, ਇਹ ਤੁਸੀਂ ਸਾਡੇ ਕੋਲ ਫ੍ਰੀ ਗਿਫਟ ਦੇ ਤੌਰ 'ਤੇ ਲੈ ਸਕਦੇ ਹੋ ਜਦੋਂ ਵੀ ਆਓ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਵਿੰਦਰ ਜੀ, ਅਸੀਂ ਵੀ ਆ ਕੇ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਰਤਨ ਜਾਂ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਤੋਂ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਵਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533। ਜਿਹੜੇ ਸਾਡੇ ਦੋਸਤ ਸਾਡੇ ਕੋਲ ਆ ਨਹੀਂ ਸਕਦੇ ਅਤੇ ਸਾਡੀ ਫੀਸ ਨਹੀਂ ਪੇ ਕਰ ਸਕਦੇ, ਉਹ ਇੱਕ ਚਿੱਠੀ ਲਿਖ ਕੇ ਆਪਣੀ ਕੁੰਡਲੀ ਦੀ ਕਾਪੀ ਅਤੇ ਇੱਕ ਸਵਾਲ ਲਿਖ ਕੇ ਸਾਡੇ ਐਡਰੈਸ 'ਤੇ ਭੇਜ ਦੇਣ, ਉਹਦਾ ਜਵਾਬ ਸਾਡੇ TV ਸ਼ੋਅ ਦੇ ਵਿੱਚ ਫ੍ਰੀ ਦਿੱਤਾ ਜਾਏਗਾ। ਸੋ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਕਰਨ ਜਾਂਦੇ ਹੋ ਮਾਂ ਦੇ ਚਰਨ ਛੁਕੇ ਰਹੀਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੀਓ, ਝੂਠ ਨਾ ਬੋਲੀਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰੀਓ, ਤੁਹਾਡੇ ਸਾਰੇ ਸਿਤਾਰੇ ਵਧੀਆ ਹੋਣਗੇ। ਨਮਸਕਾਰ।